ਭਾਰਤ ਵਿੱਚ ਇਸਤਰੀ ਨੂੰ ਉੱਚਾ ਉਠਾਉਣ ਲਈ ਬਹੁਤ ਸਾਰੀਆਂ ਲਹਿਰਾਂ ਚੱਲੀਆਂ, ਪਰ ਇਸਤਰੀ ਦੀ ਦਸ਼ਾ ਸੁਧਾਰਨ ਲਈ ਸ਼ੁਰੂਆਤ ਤਾਂ ਕਾਫੀ ਤੇਜ਼ੀ ਨਾਲ ਹੋਈ ਸੀ, ਪਰ ਹੌਲੀ ਹੌਲੀ ਇਹ ਲਹਿਰਾਂ ਮੱਧਮ ਪੈ ਜਾਂਦੀਆਂ ਸਨ। ਸਭ ਤੋਂ ਜ਼ੋਰਦਾਰ ਅਤੇ ਅਸਰਦਾਰ ਔਰਤ ਦੀ ਦਸ਼ਾ ਸੁਧਾਰਨ ਵਾਲੀ ਆਵਾਜ਼ ਜੋ ਗੁਰੂ ਨਾਨਕ ਦੇਵ ਜੀ ਨੇ ਉਠਾਈ, ਉਹ ਹੀ ਲਹਿਰ ਬਣ ਸਕੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਮਾਣ ਇੱਜ਼ਤ ਇਸਤਰੀ ਨੂੰ ਦਿੱਤੀ, ਉਸ ਦਾ ਪਾਲਣ ਪੀੜ੍ਹੀ ਦਰ ਪੀੜ੍ਹੀ ਕੀਤਾ ਗਿਆ। ਜੇ ਗੁਰੂ ਨਾਨਕ ਦੇਵ ਜੀ ਨੇ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਕਿਹਾ, ਤਾਂ ਗੁਰੂ ਅੰਗਦ ਦੇਵ ਜੀ ਨੇ ਬੜੀ ਸੁਲੱਖਣੀ ਕਿਹਾ। ਗੁਰੂ ਹਰਗੋਬਿੰਦ ਜੀ ਨੇ ਤਾਂ ਅਰਦਾਸ ਵੀ ਇਹੋ ਕੀਤੀ ਕਿ ਹਰ ਘਰ ਵਿੱਚ ਕੰਨਿਆ ਜ਼ਰੂਰ ਹੋਵੇ, ਤਾਂ ਕਿ ਹਰ ਘਰ ਵਿੱਚ ਚੱਜ ਅਚਾਰ ਆ ਸਕੇ। ਛੇਵੇਂ ਪਾਤਸ਼ਾਹ ਦੇ ਘਰ ਜਦ ਬੇਟੀ ਵੀਰੋ ਦਾ ਜਨਮ ਹੋਇਆ ਤਾਂ ਬਹੁਤ ਖੁਸ਼ੀ ਮਨਾਈ। ਗੁਰਬਿਲਾਸ ਪਾਤਸ਼ਾਹ ਜੀ ਛੇਵੀਂ ਦਾ ਕਹਿਣਾ ਹੈ ਕਿ ਛੇਵੇਂ ਪਾਤਸ਼ਾਹ ਨੇ ਮਾਤਾ ਜੀ ਕੋਲੋਂ ਅਸੀਸ ਹੀ ਕੰਨਿਆ ਦੇ ਜਨਮ ਲਈ ਮੰਗੀ ਸੀ। ਮਹਾਰਾਜ ਜੀ ਦਾ ਕਥਨ ਸੀ, ਸੀਲ ਖਾਨ ਕੰਨਿਆ ਇੱਕ ਹੋਵੇ, ਪੁੱਤਰੀ ਬਿਨ ਜੱਗ ਗ੍ਰਹਿਸਥ ਵੀ ਕੋਏ। ਗੁਰੂ ਅਮਰਦਾਸ ਜੀ ਦਾ ਬੀਬੀ ਭਾਨੀ ਜੀ ਨੂੰ ਬਖਸ਼ਿਆ ਮਾਣ ਇਸਤਰੀ ਦੀ ਇੱਜ਼ਤ ਦਾ ਸਾਖੀ ਹੈ। ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਦੇ ਨਾਮ 'ਤੇ ਹੀ ਤੁੰਗਵਾਲੀ ਪਿੰਡ ਦੇ ਆਸ ਪਾਸ ਦੀ ਜ਼ਮੀਨ ਖਰੀਦੀ, ਮਗਰੋਂ ਇਹ ਧਰਤੀ ਭਾਗਾਂ ਵਾਲੀ ਬਣੀ। ਜਦ ਉੱਥੇ ਨਗਰ ਸ਼੍ਰੀ ਅੰਮ੍ਰਿਤਸਰ ਉਸਾਰਿਆ ਗਿਆ, ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਮਹਿਲ ਮਾਤਾ ਨਾਨਕੀ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਰਗੇ ਸਭ ਦੀ ਪਤ ਰੱਖਣ ਵਾਲੇ ਪੈਦਾ ਕੀਤੇ। ਫਿਰ ਮਾਤਾ ਜੀ ਦੇ ਸਤਿਕਾਰ ਵਜੋਂ ਹੀ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਮਾਖੋਵਾਲ ਦੀ ਭੋਏ ਖਰੀਦ ਕੇ ਚੱਕ ਨਾਨਕੀ ਵਸਾਇਆ। ਇਹ ਸਿੱਖ ਇਤਿਹਾਸ ਵਿੱਚ ਦੂਜਾ ਮੌਕਾ ਸੀ ਕਿ ਇੱਕ ਇਸਤਰੀ ਦੇ ਨਾਂ 'ਤੇ ਹੀ ਜ਼ਮੀਨ ਖਰੀਦੀ ਗਈ ਅਤੇ ਫਿਰ ਨਗਰ ਵੀ ਵਸਾਇਆ। ਕੇਵਲ ਇਸਤਰੀ ਦੇ ਨਾਮ ਜ਼ਮੀਨ ਜਾਇਦਾਦ ਲਗਾ ਕੇ ਉਸਦੀ ਇੱਜ਼ਤ ਸਿੱਖ ਘਰ ਵਿੱਚ ਨਹੀਂ ਦਿੱਤੀ, ਸਗੋਂ ਉਸਦੇ ਗੁਣ ਵੀ ਦੱਸੇ। ਇਸਤਰੀ ਦਾ ਦਰਜਾ ਨੀਵਾਂ ਨਹੀਂ ਬਲਕਿ ਇੱਕ ਵੱਖਰਾ ਰੁਤਬਾ ਰੱਖਦਾ ਹੈ। ਸਭ ਪਰਵਾਰ ਮਾਹੇ ਸ੍ਰੇਸ਼ਟ ਮਤੀ ਦੇਵੀ ਦੇਵਰ ਜੇਸ਼ਟ। ਔਰਤਾਂ ਨੂੰ ਤਾਂ ਕਈ ਤਰ੍ਹਾਂ ਦੇ ਬੰਧਨ ਵਿੱਚ ਬੰਨਿਆ ਹੋਇਆ ਸੀ, ਪਰਦਾ ਪ੍ਰਥਾ ਸਤੀ ਪ੍ਰਥਾ ਬਾਲ ਵਿਵਾਹ ਬਹੁ ਵਿਵਾਹ ਪ੍ਰਣਾਲੀ ਦਾਜ ਆਦਿ ਬੰਧਨ ਰੂਪ ਹੋ ਇਸਤਰੀ ਨੂੰ ਚੰਬੜੇ ਹੋਏ ਸਨ। ਪਰ ਗੁਰੂ ਅਮਰਦਾਸ ਜੀ ਨੇ ਇਹਨਾਂ ਜਕੜਾਂ ਤੋਂ ਔਰਤ ਨੂੰ ਸਿਰਫ ਆਜ਼ਾਦ ਹੀ ਨਹੀਂ ਕਰਾਇਆ, ਸਗੋਂ ਸੁਤੰਤਰ ਵਿਚਰਨ ਦੀ ਖੁੱਲ੍ਹ ਲੈ ਕੇ ਦਿੱਤੀ। ਆਪ ਜੀ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਉਹਨਾਂ ਦੇ ਦਰਬਾਰ ਵਿੱਚ ਕੋਈ ਔਰਤ ਪਰਦਾ ਕਰਕੇ ਨਾ ਆਵੇ। ਇੱਥੇ ਇੱਕ ਗਾਥਾ ਵੀ ਆਉਂਦੀ ਹੈ, ਜਦ ਮੰਡੀ ਰਾਜ ਦੀ ਸਭ ਤੋਂ ਛੋਟੀ ਰਾਣੀ ਪਰਦਾ ਕਰਕੇ ਦਰਬਾਰ ਵਿੱਚ ਆਈ ਤਾਂ ਉਸਨੂੰ ਕਮਲੀ ਤੱਕ ਕਿਹਾ। ਇੱਕ ਵਾਰ ਜਦ ਸ਼੍ਰੀ ਗੁਰੂ ਹਰਗੋਬਿੰਦ ਜੀ ਡਰੋਲੀ ਟਿਕੇ ਹੋਏ ਸਨ ਤਾਂ ਉੱਥੇ ਇੱਕ ਨਵੀਂ ਵਿਆਹੀ ਸਿੱਖ ਬੱਚੀ ਡੋਲੀਆਂ ਉੱਤਰ ਕੇ ਆਈ। ਉਸਨੇ ਬਿਨਾਂ ਪਰਦਾ ਕੀਤੇ ਗੁਰੂ ਜੀ ਦੇ ਦਰਸ਼ਨ ਕੀਤੇ। ਉਸ ਵਕਤ ਅਜੇ ਔਰਤਾਂ ਵਿੱਚ ਇਤਨਾ ਖੁੱਲ੍ਹਾਪਣ ਨਹੀਂ ਸੀ ਆਇਆ, ਸਾਰੇ ਦੇਖ ਹੈਰਾਨ ਹੋਏ। ਸਿੱਖਾਂ ਵਿੱਚ ਸੰਗਤ ਅਤੇ ਪੰਗਤ ਦੀ ਰੀਤ ਨੇ ਵੀ ਕਾਫੀ ਖੁੱਲ੍ਹਾਪਣ ਲਿਆਂਦਾ। ਗੱਲ ਕੀ, ਗੁਰੂ ਜੀ ਨੇ ਤਾਂ ਹਰ ਪੱਖ ਵਿੱਚ ਔਰਤਾਂ ਨੂੰ ਉੱਚਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰੂ ਹਰਗੋਬਿੰਦ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਨੂੰ ਸਿੱਖਿਆ ਹੀ ਐਸੀ ਦਿੱਤੀ ਕਿ ਉਹ ਲਾਡਲੀ ਬੱਚੀ ਹਰ ਵਕਤ ਫੁੱਲਾਂ ਵਾਂਗ ਖੁਸ਼ਬੂ ਹੀ ਵੰਡਦੀ ਰਹੀ। ਪੰਜ ਭਰਾਵਾਂ ਦੀ ਇਕੱਲੀ ਭੈਣ ਹੋਣ 'ਤੇ ਭਾਵੇਂ ਭਰਾ ਕਿਤਨੇ ਲਾਡ ਲਡਾਉਂਦੇ,
ਪਰ ਆਪ ਜੀ ਨੇ ਸਿੱਖਿਆ ਵੱਲ ਪੂਰਾ ਧਿਆਨ ਦਿੱਤਾ। ਬੀਬੀ ਵੀਰੋ ਜੀ ਦਾ ਜਨਮ ਸੰਮਤ 1672 ਸੰਨ 1615 ਵਿੱਚ ਸ਼੍ਰੀ ਅੰਮ੍ਰਿਤਸਰ ਮਾਤਾ ਦਮੋਦਰੀ ਜੀ ਦੀ ਕੁੱਖੋਂ ਹੋਇਆ। ਗੁਰੂ ਹਰਗੋਬਿੰਦ ਜੀ ਦੀ ਛਾਂ ਹੇਠ ਵੀਰਾ ਗੁਰਦਿੱਤਾ ਜੀ, ਸੂਰਜਮਲ ਜੀ, ਅਣੀ ਰਾਏ ਜੀ, ਅਟਲ ਰਾਏ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੱਸਦੀ ਖੇਡਦੀ ਭੈਣ ਵੀਰੋ ਵੱਡੀ ਹੋਈ। ਗੁਰੂ ਹਰਗੋਬਿੰਦ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਦੀ ਵੱਡੀ ਭੈਣ ਰਾਮੋ ਪਿੰਡ ਡਰੌਲੀ ਭਾਈ ਸਾਈਂਦਾਸ ਜੀ ਨਾਲ ਵਿਆਹੀ ਹੋਈ ਸੀ। ਇਸ ਕਰਕੇ ਗੁਰੂ ਜੀ ਦਾ ਮਾਲਵੇ ਵਿੱਚ ਆਉਣਾ ਜਾਣਾ ਲੱਗਾ ਰਹਿੰਦਾ ਸੀ। ਇਸੇ ਮੇਲਜੋਲ ਦਾ ਸਿੱਟਾ ਸੀ ਕਿ ਆਪ ਜੀ ਨੇ ਇੱਕੋ ਇੱਕ ਸਪੁੱਤਰੀ ਵੀਰੋ ਦਾ ਨਾਤਾ ਮਾਲਵੇ ਵਿੱਚ ਕੀਤਾ। ਇੱਕ ਵਾਰ ਜਦ ਹਰਗੋਬਿੰਦ ਜੀ ਅਕਾਲ ਤਖ਼ਤ 'ਤੇ ਬਿਰਾਜਮਾਨ ਸਨ ਅਤੇ ਸੰਗਤਾਂ ਜੁੜੀਆਂ ਹੋਈਆਂ ਸਨ ਤਾਂ ਮਹਾਰਾਜ ਜੀ ਨੇ ਡਿੱਠਾ ਕਿ ਇੱਕ ਬੱਚਾ ਮੈਲੇ ਕੱਪੜਿਆਂ ਵਿੱਚ ਹੈ ਪਰ ਉਸਦਾ ਰੂਪ ਨਹੀਂ ਚੱਲਿਆ ਜਾ ਰਿਹਾ, ਚਿਹਰੇ 'ਤੇ ਕੋਈ ਨਿਰਾਲੀ ਆਤਮਕ ਚਮਕ ਹੈ। ਮਹਾਰਾਜ ਨੇ ਉਸਨੂੰ ਕੋਲ ਬੁਲਾ ਕੇ ਪੁੱਛਿਆ ਕਿ ਬੇਟਾ ਤੇਰਾ ਨਾਮ ਕੀ ਹੈ। ਬੇਟੇ ਨੂੰ ਗੁਰੂ ਵੱਲ ਜਾਂਦਾ ਤੱਕ ਉਸਦਾ ਪਿਤਾ ਜੋ ਉਸਦੇ ਨਾਲ ਹੀ ਖੜਾ ਸੀ ਉਹ ਵੀ ਨਾਲ ਉੱਠਿਆ। ਬੇਟੇ ਦੀ ਥਾਂ ਪਿਤਾ ਨੇ ਕਿਹਾ, ਜੀ ਮੇਰਾ ਨਾਂ ਧਰਮਾ ਹੈ ਅਤੇ ਇਹ ਮੇਰਾ ਪੁੱਤਰ ਹੈ ਜਿਸ ਦਾ ਨਾਮ ਸਾਧੂ ਹੈ। ਮਹਾਰਾਜ ਜੀ ਨੇ ਜਦ ਬੀਬੀ ਵੀਰੋ ਨਾਲ ਰਿਸ਼ਤਾ ਕਰਨ ਦੀ ਗੱਲ ਕਹੀ ਤਾਂ ਧਰਮਾ ਨੇ ਹੱਥ ਜੋੜ ਕੇ ਕਿਹਾ ਕਿ ਮੈਂ ਬਹੁਤ ਗਰੀਬ ਹਾਂ, ਪਰ ਗੁਰੂ ਮਹਾਰਾਜ ਜੀ ਨੇ ਕਿਹਾ, ਭਾਈ ਧਰਮੇ, ਕੌਣ ਹੈ ਸੰਸਾਰ ਵਿੱਚ ਵਾਹਿਗੁਰੂ ਤੋਂ ਬਗੈਰ ਅਮੀਰ? ਸੰਕੋਚ ਨਾ ਦਿਖਲਾ, ਤੁਹਾਡਾ ਪੁੱਤਰ ਬੜਾ ਭਾਗਵਾਨ ਹੈ, ਇਹ ਸ਼ਿਵ ਅਵਤਾਰ ਸਮਾਨ ਹੈ, ਇਹ ਤਾਂ ਕੁੱਲ ਤਾਰਨ ਆਇਆ ਹੈ। ਜਦ ਮਾਤਾ ਦਮੋਦਰੀ ਜੀ ਨੇ ਵੀ ਇਸ ਕੀਤੇ ਰਿਸ਼ਤੇ 'ਤੇ ਰਤਾ ਕੋ ਕਿੰਤੂ ਕੀਤਾ ਤਾਂ ਵੀ ਮਹਾਰਾਜ ਨੇ ਕਿਹਾ, ਦਮੋਦਰੀ ਜੀ, ਇਸ ਦੇ ਮੈਲੇ ਕੱਪੜਿਆਂ 'ਤੇ ਨਾ ਜਾਓ, ਇਹ ਤਾਂ ਗੋਦੜੀ ਵਿੱਚ ਲਾਲ ਹੈ, ਇਹ ਜੋੜੀ ਤਾਂ ਧੁਰਾਂ ਤੋਂ ਬਣੀ ਹੋਈ ਹੈ। ਸਾਧੂ ਰਾਮ ਦੀ ਮਾਤਾ ਨੰਦ ਕੌਰ ਤਾਂ ਸੁਣਦੇ ਸਾਰ ਆਨੰਦਿਤ ਹੋਏ। ਬੀਬੀ ਵੀਰੋ ਦਾ ਵਿਆਹ 26 ਜੇਠ 1629 ਨੂੰ ਝਬਾਲ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਜੰਗ ਉਪਰੰਤ ਅਗਲੇ ਦਿਨ ਹੋਇਆ। ਸਾਧੂ ਰਾਮ ਜੀ ਜਵਾਈ ਨਾਲੋਂ ਗੁਰੂ ਹਰਗੋਬਿੰਦ ਜੀ ਦੇ ਸ਼ਰਧਾਲੂ ਸਿੱਖ ਕਰਕੇ ਜ਼ਿਆਦਾ ਜਾਣੇ ਗਏ। ਉਹਨਾਂ ਨੇ 5 ਗੁਰੂ ਸਾਹਿਬਾਨਾਂ ਦਾ ਸਮਾਂ ਅੱਖੀਂ ਵੇਖਿਆ ਸੀ ਅਤੇ ਕਈ ਮੁਖੀ ਸਿੱਖਾਂ ਦੀ ਸੰਗਤ ਕੀਤੀ ਸੀ। ਇਹ ਯਾਦ ਰਵੇ ਕਿ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਹਿਨੋਈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੁੱਫੜ ਲੱਗਦੇ ਸਨ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਗਹਿਰੀ ਅਧਿਆਤਮਿਕ ਬਿਰਤੀ ਦੇਖ ਕੇ ਹੀ ਸਾਧੂ ਰਾਮ ਨਾਮ ਕੀਤਾ ਸੀ ਅਤੇ ਸਾਧੂ ਜਨ ਦੇ ਨਾਂ ਨਾਲ ਪੁਕਾਰਿਆ ਸੀ। ਸਾਧੂ ਜਨ ਆਪੂ ਵੀ ਲਿਖਦੇ ਹਨ, ਮੈਂ ਮਾਮੂਲੀ ਖੱਤਰੀ ਪੁੱਤਰ ਸਾਂ, ਸਧਾਰਨ ਹਟਵਾਣੀਆਂ, ਪਰੰਤੂ ਗੁਰੂ ਜੀ ਨੇ ਕਿਰਪਾ ਕਰਕੇ ਮੈਨੂੰ ਸੱਚਮੁੱਚ ਸਾਧੂ ਜਨ ਬਣਾ ਦਿੱਤਾ। ਇਸ ਤੋਂ ਭਾਵ ਇਹ ਹੈ ਕਿ ਉਹ ਕੋਈ ਸਧਾਰਨ ਵਿਅਕਤੀ ਸਨ, ਉਹਨਾਂ ਦੇ ਚਰਨ ਛੋਹ ਹਾਸਲ ਕਰਕੇ ਅਧਿਆਤਮਕ ਉੱਚਤਾ ਪਾਈ ਸੀ। ਬੀਬੀ ਵੀਰੋ ਜੀ ਵੀ ਸਰਵ ਗੁਣਾਂ ਨਾਲ ਭਰੇ ਹੋਏ ਸਨ। ਭੈਣ ਵੀਰੋ ਦਾ ਚਾਅ ਤਾਂ ਉਸ ਵਕਤ ਵੇਖਣ ਵਾਲਾ ਸੀ ਜਦ ਭੈਣ ਨੇ ਭਰਾ ਬਾਬਾ ਗੁਰਦਿੱਤਾ ਜੀ ਦੇ ਵਿਆਹ 'ਤੇ ਵਾਗਾਂ ਫੜਾਈਆਂ, ਮੋਤੀਆਂ ਦੀ ਮਾਲਾ ਦਿੱਤੀ। ਬੀਬੀ ਜੀ ਨੇ ਮਾਲਾ ਲੈਣ ਵੇਲੇ ਅਸੀਸਾਂ ਦਿੱਤੀਆਂ, ਚਿਰਨਜੀਵੋ। ਜਹਾਂਗੀਰ ਦੇ ਬਾਅਦ ਸ਼ਾਹਜਹਾਂ ਤਖ਼ਤ 'ਤੇ ਬੈਠਾ। ਉਸ ਸਮੇਂ ਪਹਿਲੀ ਜੰਗ ਅਣਖ ਦੀ ਰਾਖੀ ਲਈ ਹੋਈ। ਉਸ ਤੋਂ ਬਾਅਦ ਹੀ ਬੀਬੀ ਵੀਰੋ ਦਾ ਵਿਆਹ ਹੋਇਆ। ਗੁਰੂ ਘਰ ਵਿੱਚ ਗੁਰੂ ਬੇਟੀ ਦੇ ਵਿਆਹ ਦੀ ਸੁਣ ਕੇ ਸੰਗਤਾਂ ਤਾਂ ਦੂਰੋਂ ਨੇੜਿਓਂ ਵੇਲੇ ਕੁ ਵੇਲੇ ਆ ਰਹੀਆਂ ਸਨ।
ਕਾਬਲ ਦੀ ਸੰਗਤ ਲੰਗਰ ਦੇ ਸਮੇਂ ਤੋਂ ਪਛੜ ਕੇ ਆਈ। ਗੁਰੂ ਜੀ ਨੇ ਕਹਿਲਾਇਆ ਕਿ ਜੋ ਕੁਝ ਤਿਆਰ ਕੀਤਾ ਹੈ ਛਕਵਾ ਦਿਓ, ਪਰ ਲਾਂਗਰੀ ਸੰਕੋਚ ਕਰ ਗਿਆ ਕਿ ਵਿਆਹ ਲਈ ਪਕਵਾਨ ਬਣਾਏ ਹਨ, ਇਹ ਮਠਿਆਈ ਤਾਂ ਬਰਾਤੀਆਂ ਵਾਸਤੇ ਹੈ, ਇਹ ਸੰਗਤਾਂ ਵਾਸਤੇ ਨਹੀਂ ਹੈ। ਜਦ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਸੰਗਤਾਂ ਭੁੱਖੀਆਂ ਸੁੱਤੀਆਂ ਹਨ ਤਾਂ ਫਰਮਾਇਆ ਸੀ, ਕਿਆ ਤੁਝ ਕੀ ਇਹ ਮਠਿਆਈ ਜੋ ਸੰਗਤ ਕੇ ਕਾਮ ਨਾ ਆਈ। ਮੁਗਲਾਂ ਨੇ ਪੂਰੀ ਤਿਆਰੀ ਕਰ ਹਮਲਾ ਕੀਤਾ ਕਿ ਗੁਰੂ ਜੀ ਤਾਂ ਬੇਟੀ ਦੀ ਸ਼ਾਦੀ ਵਿੱਚ ਰੁੱਝੇ ਹੋਣਗੇ। ਗੁਰੂ ਜੀ ਨੂੰ ਸਰੋਤ ਮਿਲ ਗਈ, ਸੋ ਉਹਨਾਂ ਨੇ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਸੁਰੱਖਿਅਤ ਥਾਂ ਪਹੁੰਚਾਈ ਅਤੇ ਪਿੱਛੋਂ ਕਬੀਲਾ ਬਰਾਤ ਨੂੰ ਵੀ ਸੁਨੇਹਾ ਭਿਜਵਾ ਦਿੱਤਾ ਕਿ ਅੰਮ੍ਰਿਤਸਰ ਦੀ ਥਾਂ ਝਬਾਲ ਪੁੱਜੇ। ਭਾਈ ਬਾਬਕ ਜੀ ਮੁਗਲਾਂ ਦਾ ਭੇਸ ਬਣਾ ਕੇ ਬੀਬੀ ਜੀ ਨੂੰ ਘੋੜੇ 'ਤੇ ਸਵਾਰ ਕਰ ਝਬਾਲ ਵੱਲ ਚੱਲ ਪਏ। ਜਦ ਰਾਹ ਵਿੱਚ ਉਹਨਾਂ ਨੂੰ ਰੋਕ ਕੇ ਪੁੱਛਿਆ ਤੁਸੀਂ ਕੌਣ ਹੋ, ਤਾਂ ਉਹਨਾਂ ਨੇ ਕਿਹਾ ਤੁਹਾਡੇ ਭਰਾ ਹੀ ਹਾਂ। ਪਰ ਪੈਰੀ ਪਈ ਬੀਬੀ ਵੀਰੋ ਜੀ ਦੀ ਜੁੱਤੀ ਡਿੱਗ ਪਈ ਤਾਂ ਮੁਗਲਾਂ ਨੇ ਰੌਲਾ ਪਾ ਦਿੱਤਾ, ਪਰ ਬਾਬਕ ਜੀ ਨੇ ਬੰਦੂਕ ਚਲਾ ਕੇ ਆਵਾਜ਼ ਦੇਣ ਵਾਲੇ ਨੂੰ ਉਸੇ ਥਾਂ ਹੀ ਮੁਕਾ ਦਿੱਤਾ। ਛੁਪਦੇ ਛੁਪਾਉਂਦੇ ਬੀਬੀ ਵੀਰੋ ਜੀ ਝਬਾਲ ਪੁੱਜੇ। ਸਾਧੂ ਜੀ ਵੀ ਪਿਤਾ ਧਰਮਦਾਸ ਨਾਲ ਝਬਾਲ ਪਹੁੰਚ ਗਏ। ਯੁੱਧ ਦੀ ਸਮਾਪਤੀ ਅਤੇ ਜਿੱਤ ਤੋਂ ਬਾਅਦ ਗੁਰੂ ਜੀ ਹਰਿਮੰਦਰ ਸਾਹਿਬ ਮੱਥਾ ਟੇਕ ਝਬਾਲ ਆਏ ਤਾਂ ਉੱਥੇ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਸੰਪੂਰਨ ਕੀਤਾ। ਬੱਚੀ ਵੀਰੋ ਨੂੰ ਵਿਦਾ ਕਰਨ ਵੇਲੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਇਹ ਉਪਦੇਸ਼ ਦਿੱਤਾ ਕਿ ਮੈਂ ਹੋਰ ਤੈਨੂੰ ਕੁਝ ਨਹੀਂ ਕਹਿਣਾ ਬੇਟੀ, ਸਿਰਫ ਇਹ ਆਖਣਾ ਹੈ ਕਿ ਪਤੀ ਨਾਲ ਹੀ ਸਭ ਕੁਝ ਅੱਛਾ ਲੱਗਦਾ ਹੈ, ਘਰ ਆਏ ਵਡੇਰਿਆਂ ਦਾ ਆਦਰ ਕਰਨਾ ਹੈ ਅਤੇ ਸੱਸ ਦੀ ਦਿਲੋਂ ਸੇਵਾ ਕਰਨੀ। ਪਤੀ ਸੇਵਾ ਇਸਤਰੀ ਲਈ ਮਹਾਨ ਸੇਵਾ ਹੈ। ਮਾਤਾ ਜੀ ਨੇ ਵੀ ਬੀਬੀ ਵੀਰੋ ਜੀ ਨੂੰ ਪਾਸ ਬਿਠਲਾ ਕੇ ਕਿਹਾ, ਬੇਟਾ ਜੇ ਇਹ ਤੈਨੂੰ ਯਾਦ ਰਿਹਾ ਕਿ ਤੂੰ ਗੁਰੂ ਹਰਗੋਬਿੰਦ ਜੀ ਦੀ ਬੱਚੀ ਹੈ ਅਤੇ ਗੁਰੂ ਅਰਜਨ ਦੇਵ ਜੀ ਦੀ ਪੋਤਰੀ ਹੈ ਤਾਂ ਕਦੇ ਮਾੜੀ ਸੰਗਤ ਨਹੀਂ ਬੈਠੇਗੀ। ਅੰਮ੍ਰਿਤ ਵੇਲੇ ਇਸ਼ਨਾਨ ਹਰ ਸੂਰਤ ਕਰ ਲੈਣਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਕੁਚੱਜੀ ਉਹੀ ਹੈ ਜੋ ਸੁੱਤਿਆਂ ਹੀ ਸੂਰਜ ਚਾੜ ਦਿੰਦੀ ਹੈ। ਗੱਲਾਂ ਨੂੰ ਬਹੁਤ ਅੱਗੇ ਨਾ ਲੈ ਕੇ ਜਾਣਾ, ਰਿੜਕਣਾ ਨਹੀਂ, ਬਾਣੀ ਹੀ ਮੁੱਖ ਬੋਲਣਾ। ਘਰ ਦੇ ਜੋ ਵੀ ਕੰਮ ਹਨ ਬਗੈਰ ਆਖੇ ਕਰਨ ਨਾਲ ਬੜੀ ਸ਼ੋਭਾ ਹੁੰਦੀ ਹੈ, ਬਸ ਉਲਾਂਭਾ ਨਾ ਆਵੇ। ਮਾਤਾ ਦਮੋਦਰੀ ਜੀ ਨੇ ਇੰਨਾ ਹੋਰ ਕਹਿ ਕੇ ਪੁੱਤਰੀ ਸਦਾ ਧਰਮ ਮੇ ਰਹੀਓ ਵਿਦਾਇਗੀ ਦਿੱਤੀ। ਭਾਈ ਸਾਧੂ ਜੀ ਨੇ ਅੱਗੇ ਵੱਧ ਕੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾਇਆ ਤਾਂ ਮਹਾਰਾਜ ਨੇ ਘੁੱਟ ਕੇ ਜੱਫੀ ਵਿੱਚ ਲੈ ਲਿਆ। ਸਾਧੂ ਜਨ ਵਿੱਚ ਪ੍ਰੇਮ ਦਾ ਫੁਹਾਰਾ ਛੁੱਟ ਪਿਆ। ਸਾਧੂ ਜੀ ਨੇ ਉਸ ਪ੍ਰੇਮ ਨੂੰ ਕਵਿਤਾ ਵਿੱਚ ਢਾਲ ਸੁਣਾਇਆ। ਕਿਤਨੀ ਨਿਮਰਤਾ ਸੀ ਉਹਨਾਂ ਵਿੱਚ, ਇਸੇ ਨਿਮਰਤਾ ਨੂੰ ਹੀ ਕਿਤਨੇ ਫਲ ਲੱਗੇ। ਜਿੱਥੇ ਆਨੰਦ ਕਾਰਜ ਹੋਇਆ ਸੀ ਉਸ ਥਾਂ ਦੀ ਮਹੱਤਤਾ ਦੱਸਦੇ ਗੁਰੂ ਜੀ ਨੇ ਕਿਹਾ ਕਿ ਇੱਥੇ ਮੇਲੇ ਲੱਗਣਗੇ ਹਜ਼ਾਰਾਂ ਦੇਵਤਿਆਂ ਨੂੰ ਵੀ, ਜੇ ਕੋਈ ਇਕੱਲਿਆਂ ਘਰ ਦਾਨ ਕਰੇਗਾ ਤਾਂ ਵੀ ਇਸ ਥਾਂ ਦੇ ਤੁੱਲ ਨਹੀਂ, ਕਿਉਂਕਿ ਇੱਥੇ ਆਨੰਦ ਵਿਆਹ ਹੋਇਆ ਹੈ। ਬੀਬੀ ਵੀਰੋ ਜੀ ਅਤੇ ਸਾਧੂ ਰਾਮ ਜੀ ਦੇ ਘਰ ਪੰਜ ਬੇਟੇ ਸੰਗੋ ਸ਼ਾਹ, ਗੁਲਾਬ ਚੰਦ, ਜੀਤ ਮੱਲ, ਗੰਗਾ ਰਾਮ ਅਤੇ ਮੋਹਰੀ ਚੰਦ ਹੋਏ। ਇਹ ਪੰਜੇ ਹੀ ਸੂਰਮੇ ਸਨ। ਸੰਗੋ ਸ਼ਾਹ ਨੂੰ ਤਾਂ ਗੁਰੂ ਜੀ ਨੇ ਖਿਤਾਬ ਹੀ ਜੰਗ ਦਾ ਵੱਡਾ ਸੂਰਮਾ ਸ਼ਾਹ ਸੰਗਰਾਮ ਦਿੱਤਾ। ਜੀਤ ਮੱਲ ਹਠੀ ਹੈ, ਗੁਲਾਬ ਚੰਦ ਗਾਜੀ ਹੈ, ਗੰਗਾ ਰਾਮ ਵਰਗਾ ਕੋਈ ਨਿਸ਼ਾਨੇਬਾਜ਼ ਨਹੀਂ ਅਤੇ ਮੋਹਰੀ ਹੌਂਸਲੇ ਦੀ ਮੂਰਤ ਹੈ। ਸੰਗੋ ਸ਼ਾਹ ਅਤੇ ਜੀਤ ਮੱਲ ਭੰਗਾਣੀ ਦੇ ਯੁੱਧ ਵਿੱਚ ਲੜ ਕੇ ਸ਼ਹੀਦੀ ਪਾ ਗਏ। ਇਸ ਦਾ ਜ਼ਿਕਰ
ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਖੁਦ ਕੀਤਾ, ਭਟਵਹੀ ਵਿੱਚ ਵੀ ਉਲੇਖ ਹੈ। ਬੀਬੀ ਵੀਰੋ ਜੀ ਨੇ ਆਪਣੇ ਬੱਚਿਆਂ ਨੂੰ ਉਹੀ ਸਿੱਖਿਆ ਦਿੱਤੀ ਜੋ ਉਹਨਾਂ ਨੂੰ ਪਿਤਾ ਹਰਗੋਬਿੰਦ ਜੀ ਕੋਲੋਂ ਮਿਲੀ ਸੀ। ਆਪਣਾ ਧੀ ਧਰਮ ਨਿਭਾਇਆ, ਬੱਚਿਆਂ ਨੂੰ ਧਰਮ ਦ੍ਰਿੜ ਰੱਖਣ ਅਤੇ ਚੜ੍ਹਦੀਆਂ ਕਲਾਂ ਵਿੱਚ ਰਹਿਣ ਦੀ ਸਿੱਖਿਆ ਦਿੱਤੀ, ਤਾਂ ਹੀ ਉਹ ਬੱਚੇ ਸੂਰਮੇ ਹੋਏ ਅਤੇ ਸਨਮੁਖ ਰਹਿ ਸ਼ਹੀਦੀਆਂ ਪਾਈਆਂ। ਬੀਬੀ ਵੀਰੋ ਜੀ ਨੇ ਸੱਚ ਹੀ ਗੁਰੂ ਜੀ ਦੀ ਧੀ ਬਣ ਕੇ ਪਿਤਾ ਪਿਆਰ ਦੇ ਨਵੇਂ ਪੂਰਨੇ ਪਾਏ। ਸਾਧ ਸੰਗਤ ਜੀ, ਜਿਸ ਸਥਾਨ 'ਤੇ ਬੀਬੀ ਵੀਰੋ ਜੀ ਅਤੇ ਭਾਈ ਸਾਧੂ ਰਾਮ ਜੀ ਦੇ ਆਨੰਦ ਕਾਰਜ ਪਿੰਡ ਝਵਾਲ ਵਿਖੇ ਹੋਏ ਸਨ, ਉੱਥੇ ਅੱਜ ਇੱਕ ਬਹੁਤ ਸੁੰਦਰ ਗੁਰਦੁਆਰਾ ਬੀਬੀ ਵੀਰੋ ਜੀ ਦੇ ਨਾਮ 'ਤੇ ਸੁਸ਼ੋਭਿਤ ਹੈ। ਆਨੰਦ ਕਾਰਜ ਹੋਣ ਤੋਂ ਉਪਰੰਤ ਗੁਰੂ ਜੀ ਨੇ ਇੱਥੇ ਵਰ ਬਖਸ਼ਿਸ਼ ਕੀਤਾ ਕਿ ਜਿਨ੍ਹਾਂ ਲੜਕੇ ਲੜਕੀਆਂ ਦੇ ਵਿਆਹ ਵਿੱਚ ਕੋਈ ਵਿਘਨ ਪੈ ਜਾਣਾ ਜਾਂ ਰਿਸ਼ਤਾ ਨੇਪਰੇ ਨਾ ਚੜ੍ਹਨਾ, ਉਹ ਸ਼ਰਧਾ ਭਾਵਨਾ ਨਾਲ ਆ ਕੇ ਇਸ ਸਥਾਨ 'ਤੇ ਅਰਦਾਸ ਬੇਨਤੀ ਕਰਵਾਉਣਗੇ, ਸਤਿਗੁਰੂ ਜੀ ਕਿਰਪਾ ਕਰਨਗੇ, ਉਹਨਾਂ ਦੇ ਅੜੇ ਹੋਏ ਕਾਰਜ ਰਾਸ ਹੋਣਗੇ। ਹੁਣ ਸਤਿਗੁਰੂ ਜੀ ਦੀ ਮਹਾਨ ਕਿਰਪਾ ਸਦਕਾ ਇੱਥੇ ਲੜਕੇ ਲੜਕੀਆਂ ਦੀਆਂ ਸੰਯੋਗ ਦੀ ਅਰਦਾਸ ਬੇਨਤੀ ਅਤੇ ਆਨੰਦ ਕਾਰਜ ਹੁੰਦੇ ਹਨ। 26-27 ਜੇਠ ਨੂੰ ਸਾਲਾਨਾ ਜੋੜ ਮੇਲਾ ਲੱਗਦਾ ਹੈ। 26 ਜੇਠ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਂਦੇ ਹਨ, ਉਪਰੰਤ ਦੀਵਾਨ ਸਾਜਦੇ ਹਨ, ਅਤੇ 27 ਜੇਠ ਨੂੰ ਲਾਵਾਂ ਜੀ ਦੇ ਪਾਠ ਹੁੰਦੇ ਹਨ, ਉਪਰੰਤ ਦੀਵਾਨ ਸਾਜਦੇ ਹਨ। ਦਾਸ ਨੂੰ ਆਗਿਆ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।